ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਦਾ ਸੋਸ਼ਲ ਮੀਡੀਆ ਪਲੈਟਫਾਰਮ ਤੇ ਮੈਂ ਹਾਂ ਵਿਪਿਨ ਪਰਮਾਰ। ਅੱਜ ਗੱਲ ਕਰਾਂਗੇ ਦੂਜੇ ਪਾਸੇ ਦੇ ਪੰਜਾਬ ਦੀ। ਜੀ ਹਾਂ, ਪਾਕਿਸਤਾਨ ਦੇ ਈਸਟਰਨ ਪ੍ਰੋਵਿੰਸ 'ਚ ਪੈਣ ਵਾਲੇ ਪੰਜਾਬ ਦੇ ਵਿੱਚ ਇੱਕ ਫੈਸਲਾ ਜਿਹੜਾ ਹੈਗਾ ਉਹ ਸਰਕਾਰ ਦੇ ਵੱਲੋਂ ਲਿੱਤਾ ਗਿਆ ਹੈਗਾ। ਅਮੂਮਨ ਬਸੰਤ ਦੇ ਟਾਈਮ 'ਤੇ ਚਾਹੇ ਪੰਜਾਬ ਦੇ ਇਲਾਕੇ ਹੋਣ ਜਾਂ ਪਾਕਿਸਤਾਨ ਦੇ ਪਾਰ ਦੇ ਪੰਜਾਬ ਦੇ ਇਲਾਕੇ ਹੋਣ, ਆਸਮਾਨੀ ਰੰਗ ਦੇ ਅਸਮਾਨ ਦੇ ਵਿੱਚ ਰੰਗ ਬਿਰੰਗੀਆਂ ਪਤੰਗਾਂ ਉੱਡਦੀਆਂ ਦਿਖਾਈ ਦਿੰਦੀਆਂ ਸੀਗੀਆਂ। ਲੇਕਿਨ ਪਾਕਿਸਤਾਨ ਦੇ ਈਸਟਰਨ ਪ੍ਰੋਵਿੰਸ ਦੀ ਸਰਕਾਰ ਦੇ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਹੈ ਜਿਹਦੇ ਵਿੱਚ ਪਤੰਗਬਾਜ਼ੀ 'ਤੇ ਬੈਨ ਲਾਉਣ ਦਾ ਕੰਮ ਕੀਤਾ ਗਿਆ, ਜਿਸ ਤੋਂ ਬਾਅਦ ਲੋਕਾਂ ਦੀ ਵੀ ਰਾਏ ਗਲਪ ਅਤੇ ਗਿਲਾਨੀ ਸਰਵੇ ਦੇ ਦੁਆਰਾ ਜਿਹੜੀ ਹੈ ਉਹ ਜਾਣਨ ਦਾ ਪ੍ਰਯਾਸ ਕੀਤਾ ਗਿਆ, ਜਿਹਦੇ ਵਿੱਚ 88% ਲੋਕਾਂ ਦੇ ਵੱਲੋਂ ਇਹ ਮੰਨਿਆ ਗਿਆ ਕਿ ਪਤੰਗਬਾਜ਼ੀ ਖਤਰਨਾਕ ਹੈਗੀ ਹੈ, ਕਿਉਂਕਿ ਈਸਟਰਨ ਪ੍ਰੋਵਿੰਸ ਦੇ ਉਹਨਾਂ ਇਲਾਕਿਆਂ ਦੇ ਵਿੱਚ ਪਤੰਗਬਾਜ਼ੀ ਦੇ ਚੱਲਦੇ ਜਿਹੜੀਆਂ ਡੋਰਾਂ ਇਸਤੇਮਾਲ ਕੀਤੀਆਂ ਜਾਂਦੀਆਂ ਸੀਗੀਆਂ ਉਹਦੇ ਨਾਲ ਕਈ ਕੈਜੂਅਲਿਟੀਜ਼, ਕਈ ਲੋਕਾਂ ਨੂੰ ਆਪਣੀ ਜਾਨੋਂ ਹੱਥ ਗਵਾਉਣਾ ਪੈ ਗਿਆ, ਜਿਹਦੇ ਕਰਕੇ ਇਹ ਫੈਸਲਾ ਜਿਹੜਾ ਹੈਗਾ ਉਹ ਉੱਥੇ ਦੀ ਗੌਰਮੈਂਟ ਦੇ ਵੱਲੋਂ ਲੈਣਾ ਪਿਆ ਹੈਗਾ। ਅਤੇ ਹੁਣ ਉਹਦੀ ਸਪੋਰਟ ਜਿਹੜੀ ਹੈਗੀ ਹੈ ਪਾਕਿਸਤਾਨ ਦੇ ਪੰਜਾਬ ਪ੍ਰੋਵਿੰਸ ਦੇ ਉਹਨਾਂ ਲੋਕਾਂ ਦੇ ਵੱਲੋਂ ਵੀ ਕੀਤੀ ਗਈ ਹੈ। ਤਕਰੀਬਨ 88% ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪਤੰਗਬਾਜ਼ੀ ਜਿਹੜੀ ਹੈ ਉਹ ਜ਼ਰੂਰੀ ਨਹੀਂ ਹੈਗੀ ਹੈ। ਅਤੇ ਐਸੇ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੇ ਸਮਰਥਨ ਦੇ ਨਾਲ ਗਵਰਨਮੈਂਟ ਦਾ ਇਹ ਫੈਸਲਾ ਹੁਣ ਉੱਥੇ ਇੰਪਲੀਮੈਂਟ ਹੁੰਦਾ ਹੈ ਜਾਂ ਨਹੀਂ ਹੁੰਦਾ, ਇਹ ਵਕਤ ਦੱਸੂਗਾ।